ਨੇ ਮੈਨੂੰ ਮੁਸਲਮਾਨਾਂ ਦਾ ਨਬੀ ਸੋਹਣਾ ਹੀ ਨਹੀਂ ਸੀ ਲੱਗਦਾ ਜਿਸ ਵੇਲੇ ਹਜ਼ੂਰ ਨੇ ਮੇਰੇ ਦਿਲ ਤੇ ਆਪਣਾ ਦਸਤ ਮੁਬਾਰਕ ਫੇਰਿਆ ਲੋਕਾਂ ਨੂੰ ਵੇਖਦਾ ਵਾ ਕੋਈ ਹੋਰ ਸੋਹਣਾ ਹੀ ਨਹੀਂ ਲੱਗਦਾ ਸਾਰਿਆਂ ਨਾਲੋਂ ਸੋਹਣਾ ਮੈਨੂੰ ਜ਼ਹਰਾ ਦਾ ਬਾਬਾ ਲੱਗਦਾ ਕਾਬੇ ਵੱਲ ਮੂੰਹ ਮਾਇਆ ਕਾਬੇ ਵੱਲ ਮੂੰਹ ਮਾਇਆ ਕਾਬੇ ਵੱਲ ਮੂੰਹ ਮਾਇਆ ਇੱਕ ਸੋਹਣਾ ਤੂੰ ਲੱਗਣਾ ਦੂਜਾ ਫੇਰ ਦੂਜਾ ਫੇਰ ਰਵੀ ਤੂੰ ਮਾਇਆ ਇੱਕ ਸੋਹਣਾ ਤੂੰ ਲੱਗਣਾ ਮੈਨੂੰ ਕੋਈ ਹੋਰ ਸੋਹਣਾ ਹੀ ਨਹੀਂ ਲੱਗਦਾ ਮੈਨੂੰ ਸੋਹਣੇ ਦਾ ਹੁਸਨ ਇੰਨਾ ਪਸੰਦ ਆਇਆ ਹੋਰ ਕੋਈ ਮੈਨੂੰ ਇੰਨਾ ਸੋਹਣਾ ਨਹੀਂ ਲੱਗਦਾ ਬਿਲਾ ਤਸ਼ਬੀਹ ਬਿਲਾ ਮਿਸਾਲ ਮੇਰੇ ਸ਼ੇਖ ਅਬਦੁਲ ਕਾਦਰ ਜਲਾਨੀ ਆਪ ਵੀ ਆਪਦੇ ਗੁਲਾਮਾਂ ਦੇ ਬੰਦਿਆਂ ਦੇ ਉੱਤੇ ਉਹਨਾਂ ਦੇ ਦਿਲਾਂ ਦੇ ਉੱਤੇ ਇੰਜੀ ਨਿਗਾਹ ਡਾਲਦੇ ਨੇ ਆਪ ਦੇ ਮੁਰੀਦ ਹਜ਼ਰਤ ਅਲੀ ਬਣੇ ਹੈ ਤੀ ਆਪ ਫਰਮਾਉਂਦੇ ਨੇ ਮੈਂ ਹਜ਼ੂਰ ਸ਼ੇਖ ਅਬਦੁਲ ਕਾਦਰ ਜਲਾਨੀ ਗਿਆਰਵੇਂ ਵਾਲੇ ਪੀਰ ਸਰਕਾਰ ਆਪ ਦੇ ਦਰੇ ਦੌਲਤ ਤੇ ਗਿਆ ਵਾਂ ਜਿਸ ਦੇ ਮੇਰੇ ਘਰ ਵਿੱਚ ਗਿਆ ਵਾਂ ਇੱਕ ਬੰਦਾ ਏ ਲੇਟੀਆਂ ਪਿਆ ਲੈਂਦਾ ਏ ਮਾਫੀਆਂ ਪਿਆ ਮੰਗਦਾ ਏ ਮਿੰਟਾਂ ਪਿਆ ਕਰਦਾ ਏ ਕਿ ਏ ਅਬਦੁਲ ਕਾਦਰ ਜਲਾਨੀ ਮੈਨੂੰ ਮਾਫ਼ ਕਰ ਦੇ ਮੈਂ ਹਜ਼ੂਰ ਦੀ ਬਾਰਗਾਹ ਦੇ ਵਿੱਚ ਅਰਜ਼ ਕੀਤੀ ਏ ਯਾ ਸਰਕਾਰ ਪੀਰੋ ਮੁਰਸ਼ਿਦ ਮੈਨੂੰ ਦੱਸੋ ਤੇ ਸਹੀ ਇਹ ਬੰਦਾ ਕੌਣ ਲੇਟੀਆਂ ਕਿਉਂ ਲੈਂਦਾ ਏ ਪਿਆ ਮਾਫੀਆਂ ਕਿਉਂ ਮੰਗਦਾ ਏ ਪਿਆ ਇਹ ਮਿੰਟਾਂ ਕਿਉਂ ਕਰਦਾ ਏ ਪਿਆ ਹਜ਼ੂਰ ਸ਼ੇਖ ਅਬਦੁਲ ਕਾਦਰ ਜਲਾਨੀ ਆਪ ਫਰਮਾਉਂਦੇ ਨੇ ਫਲਾਂ ਇਲਾਕੇ ਦਾ ਇਹ ਬੰਦਾ ਕੁਤਬ ਹਵਾ ਵਿੱਚ ਉੱਡਿਆ ਜਾਂਦਾ ਸੀ ਪਿਆ ਇਹਦੇ ਦਿਲ ਵਿੱਚ ਖਿਆਲ ਆਇਆ ਮੈਂ ਕਿਹੜੀ ਵਲਾਇਤ ਦੇ ਮਰਤਬੇ ਤੇ ਫੈਜ਼ ਹੋ ਚੁੱਕਿਆ ਵਾਂ ਮੇਰੇ ਵਰਗਾ ਕੋਈ ਹੋਰ ਵਲੀ ਹੋ ਹੀ ਨਹੀਂ ਸਕਦਾ ਮੈਂ ਅੱਲਾ ਦਾ ਐਸਾ ਵਲੀਆਂ ਹਵਾਵਾਂ ਵਿੱਚ ਪਿਆ ਉੱਡਣਾ ਵਾਂ ਹਵਾਵਾਂ ਵਿੱਚ ਪਿਆ ਉੱਡਣਾ ਵਾਂ ਸ਼ੇਖ ਅਬਦੁਲ ਕਾਦਰ ਜਲਾਨੀ ਆਪ ਫਰਮਾਉਂਦੇ ਨੇ ਉੱਡਿਆ ਜਾਂਦਾ ਸੀ ਇੱਥੇ ਦਿਲ ਵਿੱਚ ਸੋਚਦਾ ਪਿਆ ਸੀ ਮੈਂ ਨਿਗਾਹ ਦੇ ਉੱਤੇ ਪਾਈ ਮੈਨੂੰ ਪਤਾ ਚੱਲ ਗਿਆ ਇਹਦੇ ਕੋਲੋਂ ਜਿਹੜੀ ਅੱਲਾ ਨੇ ਵਲਾਇਤ ਤਾਂ ਫਰਮਾਈ ਸੀ ਇਸ ਵਲਾਇਤ ਨੂੰ ਮੈਂ ਖੋ ਲਿਆ ਏ ਮੇਰੀਆਂ ਮਿੰਟਾਂ ਪਿਆ ਕਰਦਾ ਏ ਮੇਰੀਆਂ ਇਹ ਮਾਫੀਆਂ ਮੇਰੇ ਕੋਲੋਂ ਮੰਗਦਾ ਏ ਪਿਆ ਹਜ਼ਰਤ ਸ਼ੇਖ ਅਬਦੁਲ ਕਾਦਰ ਜਲਾਨੀ ਪੀਰ ਗਿਆਨੀ ਵਾਲੀ ਸਰਕਾਰ ਆਪ ਨੇ ਫਰਮਾਇਆ ਏ ਅੱਜ ਤੋਂ ਬਾਅਦ ਇਹ ਨਾ ਸੋਚੀ ਮੇਰੇ ਵਰਗਾ ਵਲੀ ਕੋਈ ਨਹੀਂ ਜਾਂ ਅਗਰ ਬੰਦਾ ਅੱਲਾ ਅੱਲਾ ਕਰਨ ਦੇ ਨਾਲ ਵਲੀ ਬਣ ਸਕੇ ਫਿਰ ਨਬੀਆਂ ਦੀ ਵੀ ਲੋੜ ਕੋਈ ਨਹੀਂ ਸੀ ਫਿਰ ਵਲੀਆਂ ਦੀ ਵੀ ਲੋੜ ਕੋਈ ਨਹੀਂ ਸੀ ਫਿਰ ਉਸਤਾਦਾਂ ਦੀ ਵੀ ਲੋੜ ਕੋਈ ਨਹੀਂ ਸੀ ਅਗਰ ਕੋਈ ਬੰਦਾ ਚਾਹੁੰਦਾ ਹੈ ਮੈਂ ਕਾਮਯਾਬ ਹੋ ਜਾਵਾਂ ਅੱਲਾ ਤੱਕ ਪਹੁੰਚ ਜਾਵਾਂ ਫਿਰ ਵਲੀਆਂ ਨੂੰ ਵੀ ਮੰਨਣਾ ਪੈਣਾ ਹੈ ਉਸਤਾਦਾਂ ਨੂੰ ਵੀ ਮੰਨਣਾ ਪੈਣਾ ਹੈ ਕਿਉਂਕਿ ਅੱਲਾ ਅੱਲਾ ਕੀ ਜਾਨ ਸੇ ਅੱਲਾ ਨਹੀਂ ਮਿਲਤਾ ਅੱਲਾ ਅੱਲਾ ਕੀ ਜਾਨ ਸੇ ਅੱਲਾ ਨਹੀਂ ਮਿਲਤਾ ਅੱਲਾ ਵਾਲੇ ਹੈ ਜੋ ਅੱਲਾ